ਦੇਖੋ ਮੈਂ ਜਦੋਂ ਦੀ ਅਸੀਂ 16 ਮਾਰਚ ਤੋਂ ਖਟਕੜ ਕਲਾਂ ਤੋਂ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦਾ ਅਸ਼ੀਰਵਾਦ ਲੈ ਕੇ ਸਹੁੰ ਚੁੱਕੀ ਹੈ, ਮੈਂ ਉਦੋਂ ਤੋਂ ਵਾਰ ਵਾਰ ਇਹ ਕਹਿ ਚੁੱਕਿਆ ਕਿ ਪੰਜਾਬ ਦੇ ਖਜ਼ਾਨੇ ਦੀ ਦੁਰਵਰਤੋਂ ਜਿਹਨੇ ਵੀ ਕੀਤੀ ਹੈ, ਚਾਹੇ ਉਹ 15 ਸਾਲ ਪਹਿਲਾਂ ਸੀ, ਚਾਹੇ 10 ਸਾਲ ਪਹਿਲਾਂ ਸੀ, ਭਾਵੇਂ ਉਹ ਆਪਣੇ ਮਿੱਤਰਾਂ ਨੂੰ ਕੋਈ ਪ੍ਰੋਪਰਟੀ ਕੌਡੀਆਂ ਦੇ ਭਾਅ ਵੇਚ ਗਿਆ, ਭਾਵੇਂ ਉਹ ਆਪਣੇ ਦੋਸਤਾਂ ਦੋਸਤੀ ਨਿਭਾਉਣ ਲਈ ਕੋਈ ਕਿਸੇ ਨੂੰ ਜੇਲ੍ਹ 'ਚ ਰੱਖ ਗਿਆ, ਭਾਵੇਂ ਉਹ ਕਿਸੇ ਵੀ ਕਿਸਮ ਨਾਲ ਪੰਜਾਬ ਦੇ ਖਜ਼ਾਨੇ ਨੂੰ ਲੁੱਟ ਗਿਆ, ਉਹਦੀ ਤਾਂ ਜਾਂਚ ਹੋਊਗੀ ਅਤੇ ਜਾਂਚ ਹੋ ਕੇ ਸਜ਼ਾ ਵੀ ਮਿਲੂਗੀ ਜੋ ਬਣਦੀ ਹੈ ਕਾਨੂੰਨ ਮੁਤਾਬਕ। ਜਿੱਥੋਂ ਤੱਕ ਅੰਸਾਰੀ ਵਾਲਾ ਸਵਾਲ, ਇਹ ਤਾਂ ਹੁਣ ਜੱਗ ਜ਼ਾਹਰ ਹੈ ਕਿ ਉਹ ਪੌਣੇ 2 ਸਾਲ ਦੇ ਲਗਭਗ 2 ਸਾਲ ਦੇ ਲਗਭਗ ਰੋਪੜ ਜੇਲ੍ਹ 'ਚ ਰਿਹਾ, ਉਸ ਕੇਸ ਦਾ ਵੀ ਨਹੀਂ ਪਤਾ ਜਿਹੜੇ ਕੇਸ 'ਚ ਰੱਖਿਆ ਸੀ, ਕੇਸ 'ਚ ਕਿਹੜੇ 'ਚ ਰੱਖਿਆ ਸੀ, ਕੋਈ ਕੇਸ ਨਹੀਂ ਸੀ। ਉੱਥੇ ਇੱਕ MLA MP ਕੋਰਟ ਹੈ UP 'ਚ, ਉਹਦੇ ਵਿੱਚ ਉਹਦਾ ਕੇਸ ਲੱਗ ਗਿਆ, ਉਹ 2 ਮਹੀਨੇ 3 ਮਹੀਨੇ 'ਚ ਉਹਨੂੰ ਸਜ਼ਾ ਹੋ ਜਾਣੀ ਸੀ। ਅਤੇ ਇਹ ਅੰਸਾਰੀ ਜਿਹੜਾ, ਇਹਨੇ ਪੰਜਾਬ ਸਰਕਾਰ ਨਾਲ ਸੰਪਰਕ ਕੀਤਾ, ਪੰਜਾਬ ਸਰਕਾਰ ਨਾਲ ਸੰਪਰਕ ਕਿਹੜੇ ਚੈਨਲ ਤੋਂ ਕੀਤਾ, ਕੈਪਟਨ ਸਾਹਿਬ ਨੂੰ ਮੈਂ ਦੱਸ ਦੇਣਾ ਚਾਹੁੰਦਾ, ਉਹ ਕਹਿੰਦੇ ਮੈਂ ਜ਼ਿੰਦਗੀ 'ਚ ਕਦੇ ਮਿਲਿਆ ਨਹੀਂ। ਰਣਿੰਦਰ ਨੂੰ ਪੁੱਛ ਲਿਓ, ਤੁਹਾਡੇ ਬੇਟੇ ਨੂੰ ਪੁੱਛ ਲਿਓ ਵੀ ਉਹ ਕਿੰਨੀ ਕੁ ਵਾਰੀ ਮਿਲਿਆ ਜ਼ਿੰਦਗੀ 'ਚ। ਸੰਪਰਕ ਕਰਕੇ ਇੱਕ ਇੱਥੇ ਥਰੈਟ ਦੀ FIR ਕਰਾ ਕੇ ਉਹਨੂੰ ਲੈ ਆਏ, ਇੱਥੇ ਲੈ ਆਏ ਜੀ, ਉਹਦੀ ਸੇਵਾ ਸ਼ੁਰੂ ਹੋ ਗਈ। ਘੱਟੋ ਘੱਟ 25 ਵਾਰ ਤੋਂ ਵੱਧ UP ਪੁਲਿਸ ਨੇ ਕਿਹਾ ਸਾਡਾ ਬੰਦਾ ਸਾਨੂੰ ਦੇ ਦਿਓ, ਕਦੇ ਕਹਿੰਦੇ ਰੀੜ੍ਹ ਦੀ ਹੱਡੀ ਨਹੀਂ ਠੀਕ ਹੈਗੀ, ਕਦੇ ਕਹਿੰਦੇ ਸਰਵਾਈਕਲ ਦੀ ਪ੍ਰੋਬਲਮ ਹੈ, ਟਰੈਵਲ ਨਹੀਂ ਕਰ ਸਕਦਾ। 25 ਦੀਆਂ 25 ਚਿੱਠੀਆਂ 'ਚ ਜਵਾਬ ਦਿੱਤਾ, ਅਸੀਂ ਨਹੀਂ ਦਿੰਦੇ ਇਹਨੂੰ। ਉਹਦੀ ਸੇਵਾ ਚੱਲ ਰਹੀ ਸੀ, ਉਹਦੀ ਵਾਈਫ ਆ ਕੇ 2-2 ਮਹੀਨੇ ਇੱਥੇ ਰਹਿੰਦੀ ਸੀ, ਜੇਲ੍ਹ ਦੇ ਮੰਗਲੇ ਪਾਸੇ ਕੋਠੀ ਲੈ ਲਈ ਸੀ, ਠੀਕ ਹੈ ਜੀ। ਫਿਰ UP ਪੁਲਿਸ ਗਈ ਸੁਪਰੀਮ ਕੋਰਟ 'ਚ, ਸੁਪਰੀਮ ਕੋਰਟ ਨੂੰ ਕਿਹਾ ਉਹਨਾਂ ਨੇ ਕਿ ਸਾਨੂੰ ਬੰਦਾ ਨਹੀਂ ਦਿੰਦੇ ਜੀ ਪੰਜਾਬ ਪੁਲਿਸ ਵਾਲੇ, ਸਾਡਾ ਬੰਦਾ ਜੀ, ਉਹਦੇ ਕੇਸ ਚੱਲਦੇ ਨੇ। ਇਸ ਗੱਲ ਨੂੰ, ਇਸ ਕੇਸ ਨੂੰ ਲੜਨ ਲਈ ਵਕੀਲ ਕੀਤੇ ਗਏ ਕਿ ਆਪਾਂ ਦੇਣਾ ਨਹੀਂ ਬੰਦਾ, ਹੈ ਵਕੀਲਾਂ ਦੀ ਫੀਸ ਬਣ ਗਈ 55 ਲੱਖ। ਉਹ 55 ਇਨ ਦਾ ਮੀਨ ਟਾਈਮ ਇਹਨਾਂ ਦੀ ਸਰਕਾਰ ਬਦਲ ਗਈ, 55 ਲੱਖ ਰੁਪਏ ਦਾ ਬਿੱਲ ਤਾਂ ਮੇਰੇ ਕੋਲ ਹੀ ਆਊਗਾ ਨਾ। ਜਦੋਂ ਮੇਰੇ ਕੋਲ 55 ਲੱਖ ਦਾ ਬਿੱਲ ਆਇਆ, ਵਕੀਲਾਂ ਦੇ ਪੈਸੇ ਤਾਂ ਸਾਨੂੰ ਦੇਣੇ ਪੈਣਗੇ ਨਾ, ਠੀਕ ਹੈ ਨਾ। ਮੈਂ ਕਿਹਾ ਵੀ ਇਹ 55 ਲੱਖ ਆਪਾਂ ਖਜ਼ਾਨੇ 'ਚੋਂ ਕਿਉਂ ਦੇਵਾਂਗੇ, ਇਹ 55 ਲੱਖ ਉਹਨਾਂ ਤੋਂ ਵਸੂਲਣਾ ਚਾਹੀਦਾ ਜਿਨ੍ਹਾਂ ਨੇ ਬਿਨਾਂ ਕਿਸੇ ਕਾਰਨ ਤੋਂ ਇੱਥੇ ਰੱਖਿਆ ਉਹਨਾਂ ਨੂੰ। ਤਾਂ ਜੇਲ੍ਹ ਮੰਤਰੀ ਸਾਹਿਬ ਕਹਿੰਦੇ ਵੀ ਮੈਨੂੰ ਤਾਂ ਕੁਛ ਪਤਾ ਹੀ ਨਹੀਂ ਹੁੰਦਾ, 2021 'ਚੋਂ ਚਿੱਠੀ ਲਿਖ ਰਹੇ ਨੇ ਵੀ ਪਾਰਟੀ ਦੀ ਬਹੁਤ ਕਿਰਕਰੀ ਹੋ ਰਹੀ ਹੈ, ਮੂਹਰੇ ਵਿਧਾਨ ਸਭਾ ਚੋਣਾਂ ਆ ਰਹੀਆਂ ਨੇ, ਮੀਡੀਆ ਸਵਾਲ ਪੁੱਛਦਾ, ਮੈਂ ਕੀ ਜਵਾਬ ਦੇਵਾਂ, ਮੈਨੂੰ ਤਾਂ ਤੁਸੀਂ ਦੱਸਦੇ ਹੀ ਨਹੀਂ ਹੈਗੇ ਕਿ ਤੁਸੀਂ ਲਿਆ ਕੇ ਉਹਨੂੰ ਰੱਖ ਰੱਖਿਆ ਅੰਸਾਰੀ ਨੂੰ। ਇਹ ਚਿੱਠੀ ਹੈ ਨਾ, ਮੈਂ ਲਿਖੀ ਹੈ ਚਿੱਠੀ, ਸੁਖਜਿੰਦਰ ਦਾ ਮੈਂ ਲਿਖੀ ਹੈ। ਇਹਦਾ ਮਤਲਬ ਜੇਲ੍ਹ ਮੰਤਰੀ ਕਹਿ ਰਹੇ ਸੀ ਤੁਸੀਂ ਗ੍ਰਹਿ ਮੰਤਰੀ ਹੋ, ਮੈਨੂੰ ਤਾਂ ਦੱਸ ਦਿਆ ਕਰੋ। ਅਤੇ ਗ੍ਰਹਿ ਮੰਤਰੀ ਕੌਣ, ਮੁੱਖ ਮੰਤਰੀ ਕੈਪਟਨ ਸਾਹਿਬ, ਕੈਪਟਨ ਸਾਹਿਬ ਕਹਿੰਦੇ ਮੈਂ ਜ਼ਿੰਦਗੀ 'ਚ ਕਦੇ ਮਿਲਿਆ ਨਹੀਂ। ਅੱਛਾ, ਮੈਨੂੰ ਕਹਿੰਦੇ ਤੁਹਾਨੂੰ ਸਰਕਾਰ ਨਹੀਂ ਚਲਾਉਣੀ ਹੁੰਦੀ, ਐਂ ਸਰਕਾਰਾਂ ਚੱਲਦੀਆਂ ਹੁੰਦੀਆਂ ਫਿਰ ਜਿਹੜੀਆਂ ਇਹਨਾਂ ਦੀਆਂ। ਨਾ ਮੁੱਖ ਮੰਤਰੀ ਨੂੰ ਪਤਾ ਕੌਣ ਹੈ, ਨਾ ਜੇਲ੍ਹ ਮੰਤਰੀ ਨੂੰ ਪਤਾ ਕੌਣ ਹੈ, ਕੋਈ ਵੀ ਆਈ ਗਿਆ ਜੇਲ੍ਹ 'ਚ, ਕੋਈ ਵੀ ਜਾਈ ਗਿਆ, ਠੀਕ ਹੈ ਨਾ। ਇਹ ਇਸ ਕਰਕੇ ਰਿਕਵਰੀ 55 ਲੱਖ ਦੀ ਹੋਊਗੀ। ਰੰਧਾਵਾ ਸਾਹਿਬ, ਕੈਪਟਨ ਸਾਹਿਬ, ਇਹ ਗੱਲ ਮੇਕ ਸ਼ੋਰ ਕਰ ਦੇਣਾ ਮੈਂ ਤੁਹਾਨੂੰ। ਉਹ ਕਹਿੰਦੇ ਜਦੋਂ ਹਜੇ ਪੇਮੈਂਟ ਹੋਈ ਹੋਈ ਨਹੀਂ ਫਿਰ ਰਿਕਵਰੀ ਕਾਹਦੀ। ਮੈਂ ਉਹੀ ਤਾਂ ਕਹਿਣਾ ਕਿ ਅਸੀਂ ਪੇਮੈਂਟ ਕਰਨੀ ਤੁਹਾਡੇ ਥਰੂ ਹੈ, ਅਸੀਂ ਕਿਉਂ ਕਰੀਏ ਜੇ ਦੇਣੀ ਵੀ ਪੈ ਗਈ ਖਜ਼ਾਨੇ 'ਚੋਂ, ਰਿਕਵਰੀ ਤਾਂ ਫਿਰ ਇਹਨਾਂ ਤੋਂ ਹੋਊਗੀ। ਹਾਂਜੀ, ਰਣਿੰਦਰ ਦਾ ਰੋਲ ਵੀ ਐਕਸਪੋਜ਼ ਕਰੋਗੇ, ਪੁੱਛ ਲੈਣ ਕੈਪਟਨ ਸਾਹਿਬ, ਨਹੀਂ ਕੈਪਟਨ ਸਾਹਿਬ ਪੁੱਛੋ। ਅੱਛਾ, ਮੈਨੂੰ ਜਵਾਬ ਦੇਣ ਦਿਓ। ਫਿਰ ਕੱਲ ਉਹ ਮੈਂ ਸੁਣ ਦੇਖਿਆ ਵੀ ਜਦੋਂ ਕੋਈ ਪਹਿਲਵਾਨ ਹਾਰ ਜੇ ਨਾ, ਫਿਰ ਉਹ ਥੱਪੜੋ ਥੱਪੜੀ 'ਤੇ ਆ ਜਾਂਦਾ, ਫਿਰ ਉਹ ਗਾਲੋ ਗਾਲੀ 'ਤੇ ਆ ਜਾਂਦਾ। ਉਹ ਗੱਲ ਇਹਨਾਂ ਦੀ ਹੋਈ ਹੋਈ ਆ, ਗੱਲ ਇਹਨਾਂ ਨੂੰ ਕੋਈ ਆਉਂਦੀ ਨਹੀਂ, ਠੀਕ ਹੈ ਨਾ। ਮੈਨੂੰ ਨੋਟਿਸ ਜਾਰੀ ਕਰੋ, ਮੈਂ 1 ਵਾਲੀ ਫਲਾਈਟ ਫੜੂੰ, ਮੈਂ 3 ਵਾਲੀ ਫੜੂੰ, ਸਾਰੇ ਨੋਟਿਸ ਵੀ ਆ ਜਾਣਗੇ, ਠੀਕ ਹੈ ਨਾ। ਹਜੇ ਇਕੱਲੇ ਇਹ ਨਹੀਂ ਖੁਲਾਸੇ, ਇਹ ਤਾਂ ਹਜੇ ਬਹੁਤ ਘੱਟ ਨੇ ਜੋ ਸਮਾਨ ਇਹਨਾਂ ਦਾ ਪਿਆ ਨਾ। ਹੌਲੀ 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 ਕਾਨੂੰਨ ਦੇ ਪ੍ਰੋਸੈਸ ਜਾਊਗਾ, ਅਤੇ ਨਾਲ ਇਹ ਵੀ ਪੁੱਛ ਲਾਂਗੇ ਤੁਹਾਡੇ ਸਾਹਮਣੇ, ਅਸੀਂ ਜਾਂਚ ਕਰਵਾਵਾਂਗੇ। ਰੋਪੜ ਜ਼ਿਲ੍ਹੇ ਦੇ ਵਿੱਚ ਹੀ ਆ ਚਲਾ ਦਿਓ, ਰੋਪੜ ਜ਼ਿਲ੍ਹੇ ਦੇ ਵਿੱਚ ਹੀ ਅੰਸਾਰੀ ਦੇ ਬੇਟੇ ਅਤੇ ਅੰਸਾਰੀ ਦੇ ਭਤੀਜੇ ਦੇ ਨਾਂ 'ਤੇ ਵਕਫ ਬੋਰਡ ਦੀ ਜ਼ਮੀਨ ਹੈ। ਖਤਮ। ਹਾਂਜੀ।
अब्बास अंसारी है उसका नाम। अब्बास अंसारी, हाँ जी, मेरे को रिकॉर्ड पे है। अब्बास, हाँ जी, इन्हें ये लगता कि असी वैसे ही है, असी पंजाब नाल दिलों जुड़े हुए, असी कोई असी कोई है जी। किन्नी किन्नी जमीन हैगी है, मैं कहा जी तुसी एक कमेंट खड़ो तो सही, जमीन सारी दस देंगे। हाँ लो जी, आह मीडिया जी, ये अब्बास अंसारी एंड श्री उमर अंसारी कितों दी है जी? ये रोपड़ की जमीन है जी, आ सारा जिहड़ा वक्फ बोर्ड की जमीन है। अब्बास अंसारी ते उमर अंसारी, एक भतीजा एक बेटा है, बाकी ये तो पता होना रणिंदर को पता हो कौन कौन ने, ठीक है जी। ये इस तरह पंजाब लुटते रहे हैं, कैप्टन साहब कहते मैं मिले नहीं, यदा मतलब तुम तो बेटा ही लटाई गया फिर, कि जे तू मुख्यमंत्री बनाता वो कहते साढ़े नौ साल मुख्यमंत्री रहे, भगवंत मान डेढ़ साल हो, जिन्ना साढ़े नौ साल च गए थे उन्होंने मैं चार दिन चला जाना पंजाब, यह जे तजर्बे का की करिए भी असी। मेरे ना तीन साल एम पी रहे कैप्टन साहब 2014 तो 2017 तक, वो अमृतसर तो एम पी से, मैं संगरूर तो, मेरी हाजिरी 90% तो उपर सी, तो कैप्टन साहब की हाजिरी किन्नी सी जिहड़े कहिंदे असीं तजर्बेकार हुंदे आ 6% लोएसट इन इंडिया, 6% हाजिरी सी, जिथे चुने जाते उत्थे जाते नहीं, एम पी चुने गए पार्लीमेंट नहीं गए, एम एल ए चुने गए विधानसभा नहीं गए, मुख्यमंत्री चुने गए सैक्रटेरिएट नहीं आए, पंजाब नहीं गए, ये कहदा तजर्बा भाई, फिर यह जे तजर्बे तो रब ही बचावे।